ਪ੍ਰੋਫੈਸਰ ਬਲਵਿੰਦਰ ਕੌਰ ਜੀ ਦਾ ਜਿਹੜਾ ਖੁਦਕੁਸ਼ੀ ਦਾ ਮਾਮਲਾ ਉਹ ਤੋਂ ਤੁਸੀਂ ਸਾਰੇ ਜਾਣੂ ਕਿਸ ਤਰੀਕੇ ਦੇ ਨਾਲ ਇੱਕ ਪੜ੍ਹੇ ਲਿਖੇ ਪੀ ਐਚ ਡੀ ਡਾਕਟਰ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪਏ ਕੀਤੇ ਕਰਕੇ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਕਰਕੇ ਉਸ ਤੋਂ ਵੀ ਮੰਦ ਭਾਗੀ ਗੱਲ ਇਹ ਹੈ ਜਿਹੜੀ ਸਾਡੇ ਸਿਸਟਮ ਦੇ ਮੂੰਹ ਤੇ ਇੱਕ ਚਪੇੜ ਹੈ ਕਿ ਇਨਸਾਫ ਦੇਣ ਤੋਂ ਵੀ ਸਾਡੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਮਨਕਰ ਉਹਨਾਂ ਦਾ ਸੁਸਾਈਡ ਨੋਟ ਜਿਹੜਾ 6 ਵਜੇ ਪੁਲਿਸ ਨੇ ਉਸ ਦਿਨ ਸਵੇਰੇ ਰਿਕਵਰ ਕਰ ਲਿਆ ਸੀ 3 ਵਜੇ ਤੱਕ ਇਹ ਸੁਸਾਈਡ ਨੋਟ ਪੁਲਿਸ ਨੇ ਕਿਸੇ ਨੂੰ ਦੱਸਿਆ ਨਹੀਂ ਇਹ ਤਾਂ ਜਦੋਂ ਸੋਸ਼ਲ ਮੀਡੀਆ ਤੇ ਇਹਦੀਆਂ ਫੋਟੋਆਂ ਵਾਇਰਲ ਹੋ ਗਈਆਂ ਫਿਰ ਪੰਜਾਬ ਪੁਲਿਸ ਨੇ ਮੰਨਿਆ ਕਿ ਇਹ ਸੁਸਾਈਡ ਨੋਟ ਹੈਗਾ ਔਰ ਇਹਦੇ ਪਿੱਛੇ ਕਾਰਨ ਕੀ ਹੈ ਕਿ ਇਹ ਸੁਸਾਈਡ ਨੋਟ ਦੇ ਵਿੱਚ ਉਹਨਾਂ ਨੇ ਆਪਣੀ ਮੌਤ ਦਾ ਕਾਰਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਦੱਸਿਆ ਇੱਕ ਵਾਰ ਨਹੀਂ ਤਿੰਨ ਵਾਰੀ ਇਸ ਸੂਸਾਈਡ ਨੋਟ ਦੇ ਵਿੱਚ ਹਰਜੋਤ ਸਿੰਘ ਬੈਂਸ ਦਾ ਨਾਮ ਹੈ ਸ਼ਾਇਦ ਤਾਂ ਹੀ ਪੁਲਿਸ ਪ੍ਰਸ਼ਾਸਨ ਦੀਆਂ ਲੱਤਾਂ ਕੰਬਰੀਆਂ ਨੇ ਕਾਰਵਾਈ ਕਰਨ ਤੋਂ ਦੇਖੋਲੇ ਭੈਣ ਬਲਵਿੰਦਰ ਕੌਰ ਦੀ ਲਾਸ਼ ਮਿਲੀ ਨਹੀਂ ਸੀ ਪੁਲਿਸ ਨੇ 306 ਦਾ ਪਰਚਾ ਦਰਜ ਕਰ ਲਿਆ ਤੇ ਉਹਨਾਂ ਦੇ ਘਰ ਵਾਲੇ ਨੂੰ ਤੇ ਉਹਨਾਂ ਦੇ ਸਹੁਰੇ ਨੂੰ ਚੱਕ ਕੇ ਸਲਾਖਾਂ ਦੇ ਪਿੱਛੇ ਸਿੱਟਦਾ ਔਰ ਇਹ ਸੂਸਾਈਡ ਨੋਟ ਦਬਲੇ ਹੁਣ ਲਾਸ਼ ਮਿਲ ਗਈ ਹੈ ਸੂਸਾਈਡ ਨੋਟ ਸਾਹਮਣੇ ਹੈ ਭੈਣ ਨੇ ਆਪਣੇ ਹੱਥਾਂ ਦੇ ਨਾਲ ਲਿਖਿਆ ਹੈ ਪੰਜ ਵਾਰੀ ਇਹਦੇ ਤੇ ਆਪਣੇ ਖੂਨ ਦੇ ਨਿਸ਼ਾਨ ਲਾਏ ਨੇ ਔਰ ਇਹ ਗੱਲ ਕਹੀ ਹੈ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਅਰਜੂਤ ਬੈਂਸ ਹੈ ਕਿਉਂਕਿ ਲਗਾਤਾਰ ਪਿਛਲੇ 21 ਮਹੀਨਿਆਂ ਤੋਂ ਉਹ ਸਾਨੂੰ ਲਾਰੇ ਲਾਉਂਦੇ ਰਹੇ ਇਹ ਬੱਚੇ ਇਹ ਭੈਣ ਬਲਵਿੰਦਰ ਕੌਰ ਤੇ ਇਹਨਾਂ ਦੇ ਸਾਥੀ 21 ਮਹੀਨਿਆਂ ਤੋਂ ਸੜਕਾਂ ਤੇ ਨੇ ਅਪੁਆਇੰਟਮੈਂਟ ਹੋਈ ਸਟੇਸ਼ਨ ਅਲਾਟ ਹੋਇਆ ਪਰ ਜੁਆਇਨਿੰਗ ਨਹੀਂ ਦਿੱਤੀ ਗਈ 21 ਮਹੀਨਿਆਂ ਤੋਂ 1 ਰੁਪਿਆ ਨਹੀਂ ਮਿਲਿਆ ਸੋਚੋ ਕੀ ਇਹਨਾਂ ਦੇ ਹਾਲਾਤ ਹੋਣਗੇ ਕਿਸ ਤਰੀਕੇ ਦੀ ਜ਼ਿੰਦਗੀ ਇਹ ਜਿਉਣ ਲਈ ਮਜਬੂਰ ਹੋਣਗੇ ਛੋਟੀ ਬੱਚੀ ਵੀ ਹੈ 5 ਸਾਲ ਦੀ ਇੱਕ ਮਹੀਨਾ ਤਨਖਾਹ ਲੇਟ ਹੋ ਜੇ ਤਾਂ ਸ ਆਪਾ ਆਪਣੇ ਪਿੰਡੇ ਤੇ ਹਟਾ ਕੇ ਸੋਚੀਏ ਕਿ ਕੀ ਹਾਲਾਤ ਬਣ ਜਾਂਦੇ ਨੇ ਕਿਉਂਕਿ ਕਿਸ਼ਤਾਂ ਦੇਣੀ ਆ ਕਿਸੇ ਦੇ ਘਰ ਦਾ ਰੈਂਟ ਹੈ ਹੋਰ ਬਥੇਰੇ ਖਰਚੇ ਨੇ ਤੇ 21 ਮਹੀਨਿਆਂ ਤੋਂ ਇਹ ਪੜੇ ਲਿਖੇ ਡਾਕਟਰ ਸੜਕਾਂ ਤੇ ਸੰਘਰਸ਼ ਕਰ ਰਹੇ ਨੇ ਅਪਾਇੰਟਮੈਂਟ ਹੋਣ ਦੇ ਬਾਵਜੂਦ ਸਟੇਸ਼ਨ ਅਲਾਟ ਹੋਣ ਦੇ ਬਾਵਜੂਦ ਪਰ ਜੁਆਇਨਿੰਗ ਨਾ ਹੋਵੇ ਤੇ ਸਰਕਾਰ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ ਕੀ ਕਹਿੰਦੇ ਨੇ ਭਗਵੰਤ ਮਾਨ ਕਿ ਜੀ ਮੈਂ ਨੌਕਰੀਆਂ ਦੇ ਰਿਆਂ ਹਰਾ ਪੈਨ ਚੱਲ ਗਿਆ ਹੁਣ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਹੀਂ ਪਊ ਮੁੱਖ ਮੰਤਰੀ ਸਾਹਿਬ ਇਹ ਫਿਰ ਸੁਸਾਈਡ ਨੋਟ ਕੀ ਹੈ ਜੇ ਅੱਜ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਇਹ ਸੁਸਾਈਡ ਨੋਟ ਮੁਤਾਬਕ ਆਪਣੇ ਮੰਤਰੀ ਤੇ ਕਾਰਵਾਈ ਕਰੇ ਗ੍ਰਿਫਤਾਰ ਕਰੇ ਜਿਹੜੇ ਬਾਕੀ ਬੱਚੇ ਨੇ 11 58 ਜਿਹੜਾ ਉਹਨਾਂ ਦਾ ਜਥੇਬੰਦੀ ਹੈ ਉਹਨਾਂ ਨੂੰ ਸਟੇਸ਼ਨ ਅਲੋਟ ਕਰੋ ਜੁਆਇਨਿੰਗ ਕਰਾਓ ਤਾਂ ਕਿ ਹੋਰ ਕੋਈ ਬੱਚਾ ऐसा गलत कदम ना ਚੱਕ ਸਕੇ ਵੀਰੋ ਆਓ ਅੱਜ ਪੰਜਾਬ ਲਈ ਸੰਘਰਸ਼ ਕਰੀਏ ਆਓ ਇਹ ਬੱਚਿਆਂ ਨੂੰ ਇਨਸਾਫ ਦਵਾਈਏ ਇਹ ਸੁਸਾਈਡ ਨੋਟ ਮੁਤਾਬਕ ਜਿਹੜੇ ਭੈਣ ਦੇ ਦੋਸ਼ੀ ਨੇ ਉਹਨਾਂ ਤੇ ਪੁਲਿਸ ਕਾਰਵਾਈ ਕਰੇ ਸ਼੍ਰੋਮਣੀ ਅਕਾਲੀ ਦਲ ਨੇ ਕੱਲ ਪਰਿਵਾਰ ਦੇ ਨਾਲ ਮਿਲ ਕੇ ਲਗਾਤਾਰ ਉਥੇ ਰੋਪੜ ਦੇ ਵਿੱਚ ਪੁਲਿਸ ਸਟੇਸ਼ਨ ਦੇ ਅੱਗੇ ਧਰਨਾ ਲਾਇਆ ਰਾਤ ਨੂੰ ਪੁਲਿਸ ਨੇ ਇਹ ਗੱਲ ਆਸ਼ਵਾਸਨ ਦਵਾਇਆ ਲਿਖਤੀ ਆਸ਼ਵਾਸਨ ਦਵਾਇਆ ਇਹਦੀ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਇਹਦੇ ਵਿੱਚ ਅਕਿਊਜ਼ ਦੇ ਤੌਰ ਤੇ ਨੋਮਿਨੇਟ ਕੀਤਾ ਜਾਊਗਾ ਕਿਉਂਕਿ ਸਾਡਾ ਆਨਲਾਈਨ ਸਿਸਟਮ ਨਹੀਂ ਚੱਲ ਰਿਹਾ ਇਸ ਲਈ ਸਵੇਰ ਤੱਕ ਉਹਦਾ ਨਾਂ ਐਫ ਆਈ ਆਰ ਦੇ ਵਿੱਚ ਪਾ ਕੇ ਕਾਪੀ ਦਿੱਤੀ ਜਾਊਗੀ ਤੇ ਹੁਣ ਸ਼ਾਮ ਦੇ 5 ਵਜਣ ਨੂੰ ਆਗੇ ਪੁਲਿਸ ਉਹਦਾ ਨਾਮ ਤੱਕ ਕੀ ਪਾਉਣਾ ਸੀ ਆਪਣੀ ਡਿਊਟੀ ਤੋਂ ਭੱਜੀ ਖੜੀ ਹੈ ਇਹਦੀ ਜਵਾਬਦੇਹੀ ਕਿਹਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਐਸ ਐਸ ਪੀ ਦੀ ਹੈ ਜਾਂ ਪੁਲਿਸ ਪ੍ਰਸ਼ਾਸਨ ਦੀ ਹੈ ਇਹਦੀ ਜਵਾਬਦੇਹੀ ਦੇਣੀ ਪਊਗੀ ਕਿਉਂਕਿ ਇਹਦਾ ਜਵਾਬ ਅੱਜ ਪੰਜਾਬ ਦੀ ਜਨਤਾ ਮੰਗਦੀ ਹੈ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਇਨਸਾਫ ਦੀ ਜੰਗ ਦੇ ਵਿੱਚ ਆਪਾਂ ਭੈਣ ਬਲਵਿੰਦਰ ਕੌਰ ਦੇ ਨਾਲ ਖੜੀਏ ਉਹਨਾਂ ਦੇ ਪਰਿਵਾਰ ਦੇ ਨਾਲ ਖੜੀਏ ਉਹ ਇਸ ਦੁਨੀਆ ਤੋਂ ਚਲੇ ਗਏ ਨੇ ਪਰ ਜੋ ਉਹ ਆਪਣੇ ਸੁਸਾਈਡ ਨੋਟ ਦੇ ਵਿੱਚ ਕਹਿ ਕੇ ਗਏ ਨੇ ਉਹਦੇ ਮੁਤਾਬਕ ਉਹਨਾਂ ਨੂੰ ਇਨਸਾਫ ਦਿਵਾਇਆ